ਫਲੌਰ ਦੇ ਪਿੰਡ ਮਿਉਵਾਲ ਦੀ ਰਹਿਣ ਵਾਲੀ ਇੱਕ ਲੜਕੀ ਨੇ ਇੱਕ ਅਕੈਡਮੀ ਦੇ ਐਮ ਡੀ ਤਰਸੀਮ ਸਿੰਘ ਉੱਪਰ ਜਵਰਜਨਾਕ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਫਲੌਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਲੜਕੀ ਨੇ ਦੱਸਿਆ ਕਿ ਉਹ ਪਿਛਲੇ 4 ਸਾਲ ਤੋਂ ਅਕੈਡਮੀ ਵਿਖੇ ਕੰਮ ਕਰਦੀ ਸੀ ਤੇ ਇਸ ਦੌਰਾਨ ਉਸ ਦੀ ਮਰਜ਼ੀ ਦੇ ਖਿਲਾਫ ਅਕੈਡਮੀ ਦੇ ਮਾਲਕ ਨੇ ਉਸ ਨਾਲ ਸਰੀਰਕ ਸੰਬੰਧ ਬਣਾ ਲਏ ਤੇ ਉਸ ਦੀਆਂ ਫੋਟੋਆਂ ਵੀ ਗੁਪਤ ਤਰੀਕੇ ਨਾਲ ਖਿੱਚ ਲਈਆਂ ਜਿਸ ਕਾਰਨ ਉਹ ਉਸ ਨੂੰ ਬਲੈਕਮੇਲ ਕਰਦਾ ਰਿਹਾ ਤੇ ਉਸ ਦਾ ਸਰੀਰਕ ਸ਼ੋਸ਼ਣ ਵੀ ਕਰਦਾ ਰਿਹਾ ਕੀਤਾ ਜਿਸ ਖਿਲਾਫ ਉਸ ਨੇ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਸੀ ਤੇ ਉਸ ਖਿਲਾਫ ਧਾਰਾ 376 ਅਧੀਨ ਪਰਚਾ ਵੀ ਦਰਜ ਕੀਤਾ ਗਿਆ ਸੀ ਮੈਂ ਗੁਰਨਾਨਕ ਅਕੈਡਮੀ ਪ੍ਰਤਾਪਰਾ ਵਿੱਚ ਬਤੌਰ ਟਰਾਂਸਪੋਰਟ ਇੰਚਾਰਜ ਦੀ ਜੌਬ ਤੇ ਸੀ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਈ ਗਿਆ ਐਮਡੀ ਤਰਸੇਮ ਸਿੰਘ ਨੇ ਤੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਕੀਤੀ ਮੇਰੇ ਨਾਲ ਆਪਣੇ ਕਮਰੇ ਦੇ ਵਿੱਚ ਬੁਲਾ ਕੇ ਤੇ ਬਾਅਦ ਚੋਂ ਹੀ ਉਹਨਾਂ ਨੇ ਮੇਰੀਆਂ ਵੀਡੀਓਜ਼ ਵਗੈਰਾ ਫੋਟੋਜ਼ ਕਲਿੱਕ ਕੀਤੀਆਂ ਉਹ ਹਿڈن ਕੈਮਰੇ ਦੇ ਥਰੂ ਮੈਨੂੰ ਨਹੀਂ ਪਤਾ ਸੀ ਇਸ ਚੀਜ਼ ਦਾ ਦੂਸਰੇ ਦਿਨ ਉਹਨਾਂ ਨੇ ਮੈਨੂੰ ਫੇਰ ਕਮਰੇ ਦੇ ਵਿੱਚ ਬੁਲਾ ਕੇ ਮੇਰਾ ਫਿਜ਼ੀਕਲ ਰਿਲੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਬਲੈਕਮੇਲ ਕੀਤਾ ਗਿਆ ਕਿ ਹਾਂ ਜੇ ਤੂੰ ਮੇਰੇ ਨਾਲ ਨਹੀਂ ਇਹ ਚੀਜ਼ਾਂ करूंगी ਤਾਂ ਤੋਂ ਨੂੰ ਜੋ ਵੀ ਆ ਤੁਹਾਡੀਆਂ ਜਿਹੜੀਆਂ ਫੋਟੋਜ਼ ਆ ਵਾਇਰਲ ਕਰ ਦਿੱਤੀਆਂ ਜਾਊਗੀਆਂ ਪੂਰੇ ਸਟਾਫ ਨੂੰ ਦਿਖਾ ਦਿੱਤੀਆਂ ਜਾਊਗੀਆਂ ਫੈਮਿਲੀ ਨੂੰ ਦਿਖਾ ਦਿੱਤੇ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਆ तकरीबन 4 ਸਾਲ ਦੇ ਨੀਅਰ ਅਬਾਊਟ ਹੁੰਦੀਆਂ ਰਹੀਆਂ ਤੇ ਮੈਨੂੰ ਮਤਲਬ ਕਿਹਾ ਗਿਆ ਕਿ ਤੈਨੂੰ ਵਿਦੇਸ਼ ਲੈ ਕੇ ਜਾਊਂਗੇ ਤੇਰਾ ਜੋ ਆ ਪਰ ਸਾਰਾ ਕੁਝ ਤੁਹਾਨੂੰ ਦਿੱਤਾ ਜਾਊਗਾ ਐਂਡ ਤੇ ਹਿਸਾਬ ਕਿਤਾਬ ਕੀਤਾ ਜਾਊਗਾ ਤੇ ਬਸ ਮੈਨੂੰ ਇਹ ਛੋਟੀਆਂ ਚੀਜ਼ਾਂ ਦੇ ਲਾਲਚ ਦੇ ਕੇ ਮੈਨੂੰ ਬਲੈਕਮੇਲ ਕਰਕੇ ਮੇਰੇ ਨਾਲ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਆ ਉਹਨਾਂ ਨੇ ਕੀਤੀਆਂ ਹੁਣ ਕੀ ਹੋਇਆ ਮਜੂਦਾ ਕੀ ਹੋਇਆ ਹੁਣ ਤੁਹਾਨੂੰ ਕੰਮ ਤੋਂ ਜੋਬ ਤੋਂ ਤੁਹਾਨੂੰ ਕਰਦਾ ਫਰ ਕਰਦਾ ਕੰਮ ਤੋਂ ਹਟਾਦਾ ਤੁਹਾਨੂੰ ਨਹੀਂ ਹਾਂਜੀ 4 ਸਾਲ ਤੋਂ ਬਾਅਦ 4 ਸਾਲ ਕੰਮ ਕਰਵਾਉਣ ਤੋਂ ਬਾਅਦ ਉਹਨਾਂ ਨੇ ਮੈਨੂੰ ਸਕੂਲ ਦੇ ਵਿੱਚੋਂ ਜੋਬ ਤੋਂ ਕੱਢਣ ਦਾ ਮਤਲਬ ਕੋਈ ਨਹੀਂ ਸਰ ਨਹੀਂ ਕੋਈ ਨਹੀਂ ਮੇਰੇ 5 ਸਾਲਾਂ ਦਾ ਜੋ ਵੀ ਆ ਮੇਰਾ ਰਿਕਾਰਡ ਉਹ ਉਹਨਾਂ ਦੇ ਕੋਲ ਆ ਮੈਨਾਂ ਕੋਈ ਵੀ ਹਿਸਾਬ ਤਵ ਨਹੀਂ ਕੀਤਾ ਹਾਂਜੀ ਕਿੰਨੀ ਹੈ ਜੀ 27 ਉਹਨਾਂ ਦੇ ਕਿੰਨੀ 55 ਈ ਮੰਗ ਰਹਾ ਹਾਂ ਸਰ ਮੰਗ ਵੇ ਇਹ ਕਰਦੀ ਹੈ ਕਿ ਜੋ ਮੇਰੇ ਨਾਲ ਗਲਤ ਹੋਇਆ ਆ ਉਹਦੇ ਤੇ ਮਤਲਬ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਜੋ ਮੇਰਾ ਹੈ ਆ ਮੇਨਾਂ ਜੋ ਉਹਨਾਂ ਨੇ ਲਾਰੇ ਲਾਏ ਆ ਜੋ ਮੇਨਾਂ ਕੀਤਾ ਆ ਤੇ ਉਸ ਚੀਜ਼ ਦਾ ਮੈਨੂੰ ਇਨਸਾਫ ਦਿੱਤਾ ਜਾਵੇ ਉਸ ਸੰਬੰਧੀ ਥਾਣੇ ਵੀ ਰਿਪੋਰਟ ਕੀਤੀ ਹਾਂਜੀ ਉਹ ਤੇ ਕੀ ਕਰ ਲਈ ਸਰ ਉਹਨਾਂ ਦੀ ਕਾਰਵਾਈ ਜਿਹੜੀ ਉਹ ਚੱਲ ਰਹੀ ਆ ਪਰਚਾ ਦਰਜ ਹੋ ਗਿਆ ਹਾਂਜੀ ਜੋ ਮੈਡੀਕਲ ਤੁਹਾਡਾ ਮੈਡੀਕਲ ਸਰ ਅੱਜ ਉਹੋ ਜਾਣਾ ਹੈ ਐਸ ਵੇਲੇ ਤਰਸਿੰਮ ਸਿੰਘ ਕਿੱਥੇ ਹੈ ਕੈਨੇਡਾ ਕਿੰਨੇ ਚਿਰ ਤੋਂ ਆ ਦੋ ਮਹੀਨਿਆਂ ਤੋਂ ਪਰਦਲਾਵਾ ਕੋਈ ਹੋਰ ਵੀ ਲੇਡੀਆਂ ਆਪਕਾ ਤਾਂ ਤਾਂ ਆ ਗਏ ਮੈਡਮ ਨੇ ਕੁਝ ਸਰ ਹੁੰਦਾ ਆ ਅਕੈਡਮੀ ਦੇ ਵਿੱਚ ਹੁੰਦਾ ਵੀ ਹੋਊਗਾ ਨਹੀਂ ਕੋਈ ਨਹੀਂ ਆਪਣੀ ਇਸ ਚੀਜ਼ ਨੂੰ ਸ਼ੋਅ ਕਰਨਾ ਜਾਂ ਕਰਨਾ ਨਾ ਤੇ ਦੂਸਰੀ ਕਹ ਲੋ ਅਕੈਡਮੀ ਜਿਹੜੀ ਆ ਸਕੂਲ ਦੀ ਆ ਉਹਨਾਂ ਦਾ ਤਾਂ ਪੰਜਾਬ ਬੋਰਡ ਦੀ ਆ ਨਾ ਉਹ ਸੀਬੀਐਸਸੀ ਬੋਰਡ ਦੀ ਆ ਅਕੈਡਮੀ ਜਿਹੜੀ ਆ ਉਹ ਵੈਸੇ ਹੀ ਚਲਾਈ ਜਾ ਰਹੀ ਉਹਨਾਂ ਨੂੰ ਕੋਈ ਵੀ ਐਫੀਲਿਏਸ਼ਨ ਨਹੀਂ ਹੈਗੀ ਤੇ ਜੈਕੋਗਨੈਜ਼ ਪੇਰੈਂਟਸ ਦੇ ਨਾਲ ਇਸ ਚੀਜ਼ ਦੇ ਨਾਲ ਵੀ ਧੋਖਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਤੁਹਾਡਾ ਜੋ ਵੀ ਆ ਸੀਬੀਐਸੀ ਬੋਰਡ ਦੇ ਅਕੋਰਡਿੰਗ ਸਕੂਲ ਆ ਬਟ ਐਦਾਂ ਦਾ ਕੁਝ ਵੀ ਨਹੀਂ ਹੈਗਾ ਹਾਂਜੀ ਉਹਦੇ ਪੀੜਤ ਲੜਕੀ ਦੇ ਵਕੀਲ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਅਕੈਡਮੀ ਦੇ ਮਾਲਕ ਨੂੰ ਕੈਨੇਡਾ ਤੋਂ ਲਿਆ ਕੇ ਗ੍ਰਿਫਤਾਰ ਕੀਤਾ ਜਾਵੇ ਅੱਜ ਜਿਹੜਾ ਇਸ ਲੜਕੀ ਦੇ ਨਾਲ ਇਥੋਂ ਦੀ ਗੁਰਨਾਨ ਅਕੈਡਮੀ ਪ੍ਰਤਾਪਰਾ ਦੇ ਐਮਡੀ ਵੱਲੋਂ ਧੱਕੇਸ਼ਾਹੀ ਕੀਤੀ ਗਈ ਸੀ ਉਹਦੇ ਖਿਲਾਫ ਲੜਕੀ ਲਗਾਤਾਰ 10 ਦਿਨਾਂ ਤੋਂ ਸੰਘਰਸ਼ ਦੇ ਵਿੱਚ ਬੈਠੀ ਸੀਗੀ ਧਰਨ ਮਾਰ ਕੇ ਅੱਜ ਜਿਹੜੀ ਉਹਦੇ ਤੇ ਜਿਹੜਾ ਪਰਚਾ ਹੋਇਆ ਹੈਗਾ ਅਸੀਂ ਪ੍ਰਸ਼ਾਸਨ ਤੋਂ ਜਿਹੜੀ ਮੰਗ ਕਰਦੇ ਹੈਗੇ ਆ ਵੇਖ ਤਾਂ ਇਸ ਅਕੈਡਮੀ ਦੀ ਜਿਹੜੀ ਜਾਂਚ ਕੀਤੀ ਜਾਵੇ ਜੇ ਦੀ ਕਿਸੇ ਵੀ ਨਾ CBSE ਨਾ ਜਾਂ ਪੰਜਾਬ ਸਿੱਖਿਆ ਬੋਰਡ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਐਫੀਲੀਏਸ਼ਨ ਨਹੀਂ ਪਰ ਲੋਕਾਂ ਕੋਲੋਂ ਕਰੋੜਾ ਰੁਪਈਆ ਜਿਹੜਾ ਆ ਠੱਗੀ ਮਾਰੀ ਜਾ ਰਹੀ ਆ ਉਹਦੀ ਜਾਂਚ ਕੀਤੀ ਜਾਵੇ ਔਰ ਇਸ ਐਮਡੀ ਨੂੰ ਜਿਹੜਾ ਆ ਫੜ ਕੇ ਜੇਲ੍ਹ ਦੇ ਵਿੱਚ ਦਿੱਤਾ ਜਾਵੇ ਤੇ ਪਲੱਸ ਜਿਹੜਾ ਸਾਡੇ ਗੁਰੂਆਂ ਦੇ ਨਾਮ ਦੇ ਉੱਪਰ ਇਸ ਅਕੈਡਮੀ ਦਾ ਨਾਮ ਰੱਖਿਆ ਸਾਡੇ ਗੁਰੂਆਂ ਦੇ ਨਾਮ ਨੂੰ ਬਦਨਾਮ ਕੀਤਾ ਜਾ ਰਿਹਾ ਉਹਨੂੰ ਜਿਹੜਾ ਬਚਾਉਣ ਦੇ ਲਈ ਪ੍ਰਸ਼ਾਸਨ ਨੇ ਜਿਹੜਾ ਆਪਣਾ ਕਦਮ ਚੱਕਿਆ ਤੇ ਇਸ ਅਕੈਡਮੀ ਦਾ ਜਿਹੜਾ ਨਾਮ ਬਦਲ ਕੇ ਕੋਈ ਹੋਰ ਰਖਾਇਆ ਜਾਵੇ ਜਿਹੜੀ ਧਾਰਾ ਦੀਨ ਪਰਚਾ ਜਿਹੜਾ ਧਾਰਾ ਦੀਨ ਜਿਹੜਾ ਪਰਚਾ ਹੋਇਆ ਉਹ ਹੈਗਾ ਆ ਆਈਪੀਸੀ ਦੀ 376 354ਏ ਤੇ 506 ਉਧਰ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਸਿੰਘ ਨੇ ਮੰਗ ਕੀਤੀ ਕਿ ਉਕਤ ਅਕੈਡਮੀ ਦਾ ਨਾਮ ਬਦਲਿਆ ਜਾਵੇ ਉਹਨਾਂ ਇਹ ਵੀ ਕਿਹਾ ਕਿ ਅਗਰ ਦੋਸ਼ੀ ਨੂੰ ਕੈਨੇਡਾ ਤੋਂ ਵਾਪਸ ਨਾ ਲਿਆਂਦਾ ਗਿਆ ਤਾਂ ਉਹਨਾਂ ਵੱਲੋਂ ਵੱਡੇ ਪੱਧਰ ਤੇ ਧਰਨਾ ਦਿੱਤਾ ਜਾਵੇਗਾ ਹਾਂਜੀ ਕੁਲਦੀਪ ਹਾਂਜੀ ਅਸੀਂ ਜਿਹੜੇ ਇਸ ਬੱਚੀ ਦੇ ਨਾਲ ਜੋ ਹੋਇਆ ਉੱਥੇ ਅਕੈਡਮੀ ਦੇ ਵਿੱਚ ਉਹ ਜਿਹੜਾ ਤਰਸੀਮ ਸਿੰਘ ਆ ਉਹਦੀ ਮੰਨ ਲਓ ਪਰਚਾ ਹੋ ਗਿਆ ਜੀ ਅਸੀਂ ਜਮਹੂਰੀ ਕਿਸਾਨ ਸਭਾ ਵੱਲੋਂ ਪੁਰਜਕ ਮੰਗ ਕਰਦੇ ਆ ਕਿ ਉਹਨੂੰ ਵਿਦੇਸ਼ ਦੇ ਵਿੱਚੋਂ ਮਗਾ ਕੇ ਉਹਦੀ ਰਿਸਟ ਪਾਈ ਜਾਵੇ ਉਹਦੇ ਕੁੰਡਣ ਪਰਿਵਾਰ ਦੇ ਵਿੱਚ ਜੇ ਤਾਂ ਬੇਟੀ ਜਿਹੜੀ ਹੈ ਇਹ ਉਹ ਉਹਨੂੰ ਘਰ ਵੀ ਲੈ ਕੇ ਜਾਂਦਾ ਸੀਗਾ ਉਹਦੇ ਪਰਿਵਾਰ ਦੇ ਜਿਹੜੇ ਉਹਦੇ ਘਰ ਵਾਲੀ ਆ ਉਹਨੂੰ ਵੀ ਜੋ ਵੀ ਹੈਗਾ ਉਹਨੂੰ ਵੀ ਵਿੱਚ ਇਹ ਪਰਚੇ ਦੇ ਨਤੀਜੇ ਕਰਨੀ ਚਾਹੀਦੀ ਹੈ ਜੀ ਜਿੱਦਾਂ ਉਹਦਾ ਨਾਂ ਗੁਰਨਾਨਕ ਦੇਵ ਜੀ ਦੇ ਨਾਂ ਤੇ ਦੇਖੋ ਜੀ ਇਹ ਤਾਂ ਗੁਰੂਆਂ ਨੂੰ ਮੰਨ ਲਓ ਗੁਰੂਆਂ ਦੇ ਨਾਂ ਤੇ ਜਿਹੜੀ ਅਕੈਡਮੀ ਬਣਾਈ ਆ ਤੇ ਇਹ ਬਹੁਤ ਮੱਦਭਾਗੀ ਗੱਲ ਆ ਕਿ ਗੁਰੂਆਂ ਦੇ ਨਾਂ ਤੇ ਅਕੈਡਮੀ ਬਣਾ ਕੇ ਤੇ ਉੱਥੇ ਇਹੋ ਜਿਹੇ ਦਰਸਤ ਬੰਦੇ ਜਿਹੜੇ ਆ ਉਹਨਾਂ ਨੂੰ ਬਿਲਕੁਲੀ ਮੰਨ ਲਓ ਖਤਮ ਕਰਨਾ ਚਾਹੀਦਾ ਉਹ ਅਕੈਡਮੀ ਦਾ ਜਿਹੜਾ ਨਾਂ ਆ ਉਹ ਬਦਲ ਕੇ ਹੋਰ ਕੋ ਰੱਖ ਲੈਣ ਗੁਰੂਆਂ ਦੇ ਨਾਂ ਤੇ ਜਿਹੜਾ ਉਹ ਸਾਡੇ ਜਾਨੀ ਬਹੁਤ ਜ਼ਿਆਦਾ ਆਮ ਜਨਤਾ ਲਈ ਬਹੁ ਮਾੜੀ ਗੱਲ ਆ ਵੀ ਗੁਰੂਆਂ ਦੇ ਨਾਂ ਤੇ ਅਕੈਡਮੀ ਹੋਵੇ ਤਾਂ ਉੱਥੇ ਇਹੋ ਜਿਹੇ ਬੰਦੇ ਹੋਣ ਤੇ ਉਹ ਬਹੁ ਮਾੜੀ ਗੱਲ ਆ ਉਹਦਾ ਬਿਲਕੁਲ ਗੁਰੂਆਂ ਦੇ ਨਾਂ ਤੋਂ ਅਕੈਡਮੀ ਦਾ ਨਾਮ ਹਟਾਉਣਾ ਚਾਹੀਦਾ ਜੀ ਤਰਦੀਪ ਜੀ ਤੁਸੀਂ ਕਹਿ ਰਹੇ ਨੂੰ ਘਰ ਲੈ ਕੇ ਜਾਂਦਾ ਸੀ ਆਪਣੀ ਵਾਈਫ ਦੇ ਸਾਹਮਣੇ ਕਿ ਇਹਨਾਂ ਨੂੰ ਆਪਣੀ ਵਾਈਫ ਦੇ ਉਹਨਾਂ ਦੀ ਘਰ 'ਚ ਮੌਜੂਦ ਹੁੰਦੀ ਸੀ ਉੱਥੇ ਵੀ ਸਬੰਧ ਬਣਾਏ ਕੇ ਘਰ ਦੇ ਅੰਦਰ ਵੀ ਦੇਖੋ ਜੀ ਇਹ ਤਾਂ ਹੁਣ ਮੰਨ ਲਓ ਉਹਦੀ ਤਬਦੀਸ਼ ਹੋਣੀ ਚਾਹੀਦੀ ਹੈ ਲੜਕੀ ਕਿੰਨੀ ਉਹ ਤਾਂ ਕੱਚੀ ਵੀ ਦੱਸ ਸਕਦੀ ਆ ਬੱਚੀ ਤੋਂ ਦੱਸਿਆ ਆਣਾ ਵਿੱਚ ਰਿਖੇ ਆਣਾ ਬੱਚੀ ਨੇ ਦੱਸਿਆ ਜੀ ਬੱਚੀ ਨੇ ਦੱਸਿਆ ਮੈਂ ਉਹ ਮਜੂਦਗੀ ਚ ਵੀ ਜਾਨੀ ਜੋ ਵੀ ਗਲਤ ਕਰਦਾ ਸੀ ਪਤਨੀ ਦੀ ਪਤਨੀ ਦੀ ਮਜੂਦਗੀ ਦੇ ਵਿੱਚ ਵੀ ਜੋ ਗਲਤ ਸਟੈਪ ਕਰਦਾ ਸੀ ਕਾਂਗਰਸ ਜੀ ਸਵਾਲ ਲੋਕ ਇਹ ਕਰ ਰਹੇ ਨੇ ਕਿ ਜੇਕਰ ਲੜਕੀ ਦੇ ਨਾਲ ਇੰਨਾ ਲੰਬਾ ਸਮਾਂ ਇਹ ਧੱਕਾ ਹੋਇਆ ਵੀ ਉਸ ਤੋਂ ਪਹਿਲਾਂ 4 ਸਾਲ ਲੜਕੀ ਕਿਉਂ ਨਹੀਂ ਬੋਲੀ ਇੱਕ ਮੇਰੇ ਸਵਾਲ ਸੁਣਦੇ ਜੀ ਦੂਸਰਾ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਕਿ ਇਹ ਜਿਹੜੀ ਕਾਂਗਰਸ ਦਾ ਖੱਬੇ ਪੱਖੀ ਤੇ ਰਾਂ ਇਹ ਸੈਲਫ ਗੁਰਨਾਨਕ ਦੇਵ ਜੀ ਦੇ ਨਾਂ ਤੇ ਅਕੈਡਮੀ ਬਣੀ ਕਰਕੇ ਉਹਨਾਂ ਸਕੂਲ ਨੂੰ ਬਦਨਾਮ ਕਰਨ ਦੀ ਵੱਡੀ ਜੱਥੇਬੰਦੀ ਇਹ ਕੰਮ ਕਰ ਰਹੀ ਹੈ। ਬਿਲਕੁਲ ਨਹੀਂ ਜੀ ਅਸੀਂ ਜਿੰਨਾ ਮੰਨ ਲਓ ਗੁਰੂਆਂ ਦਾ ਸਤਕਾਰ ਕਰਦੇ ਆਂ ਅਸੀਂ ਮਹਾਰਾਜ ਵੀਰ ਦਾ ਇੰਨਾ ਸਤਕਾਰ ਕਰਦੇ ਆਂ ਜੋ ਮੰਨ ਲਓ ਜਿਹੜੇ ਕਹਿੰਦੇ ਵੀ ਮੰਨਦੇ ਨੇਗੇ ਅਸੀਂ ਉਹਨਾਂ ਨਾਲੋਂ ਜ਼ਿਆਦਾ ਇਹ ਮੰਨ ਲਓ ਗੁਰੂ ਸਾਹਿਬ ਦਾ ਚੋਲਾ ਪਾ ਕੇ ਸ੍ਰੀ ਸਾਹਿਬ ਪਾ ਕੇ ਉਹ ਬੱਚੀ ਦੇ ਨਾਲ ਆਹ ਕੰਮ ਕੀਤਾ ਤੇ ਉਹ ਮੰਨ ਲਓ ਵੀ ਇੰਨਾ ਪਾਪੀ ਬੰਦਾ ਕੋ ਹੋਰ ਹੋ ਸਕਦਾ ਜੀ। ਗੁਰੂਆਂ ਦੇ ਨਾਂ ਤੇ ਬਾਈ ਕੋ ਮੈਨੇਜਮੈਂਟ ਨਹੀਂ ਹੋਵੇ ਉਹਦਾ ਐਕਸ਼ਨ ਲੈਂਦੀ ਪਰਚਾ ਦਾ ਤੇ ਤੁਹਾਡਾ ਕੀ ਅਲੱਗ ਵਿਚਾਰ ਹੈ ਅਸੀਂ ਦੇਖੋ ਜੀ ਜੇ ਨਹੀਂ ਕਰਦੇ ਅਸੀਂ ਇਸ ਬੱਚੀ ਨੂੰ ਇਨਸਾਫ ਦਿਵਾਉਣ ਲਈ ਅਸੀਂ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਧਰਨੇ ਮੁਜਾਰੇ ਜੜੇ ਉਹ ਜਰੂਰ ਕਰਾਂਗੇ ਔਰ ਪੱਕੇ ਧਰਨੇ ਵੀ ਲਾਵਾਂਗੇ ਅਸੀਂ ਜਿਹੜੇ ਇਹ ਬੰਦੇ ਨੂੰ ਛੱਡਾਂਗੇ ਨਹੀਂ ਬੰਦਾ ਅਮਰਤਾੜੀ ਸੀ ਬਿਲਕੁਲ ਅਮਰਤਾੜੀ ਬੰਦਾ ਹੈ ਜੀ ਸਰ ਪਰਚਾ ਹੋ ਗਿਆ ਕਿਸ ਤਰ੍ਹਾਂ ਇਨਸਾਫ ਹੋਊਗੀ ਚੋਣੇ ਅਸੀਂ ਚੋਣੇ ਉਹਦੀ ਅਰੈਸਟ ਪੈਣੀ ਚਾਹੀਦੀ ਹੈ ਜੀ ਉਹਦੀ ਜਿਹੜੀ ਘਰ ਵਾਲੀ ਆ ਉਹਨੂੰ ਨਾਲ ਮੰਨ ਲਓ ਐਡ ਕੀਤਾ ਜਾਵੇ ਉਹਦੇ ਮੌਜੂਦਗੀ ਦੇ ਵਿੱਚ ਗਲਤ ਕੰਮ ਹੁੰਦੇ ਰਹੇ ਆ ਜੀ ਘਰ ਲ ਜਾ ਕੇ ਕਰਦਾ ਰਿਹਾ ਉਹ